ਔਰ ਮੈਂ ਔਰ ਇੱਕ ਮੁੰਡਾ ਮੇਰਾ ਦੋਸਤ ਬਬਲਾ ਖੰਟ ਦੋ ਹੀ ਜੇਲ੍ਹ 'ਚ ਐਸੇ ਬੰਦੇ ਸੀ ਜਿਨ੍ਹਾਂ ਨੂੰ ਭਾਈ ਜਗਤਾਰ ਸਿੰਘ ਹੁਣਾਂ ਨਾਲ ਵਾਲੀਬਾਲ ਖੇਡਣ ਦੀ ਇਜਾਜ਼ਤ ਸੀ, ਕਿਸੇ ਨੂੰ ਇਜਾਜ਼ਤ ਨਹੀਂ ਸੀ। ਉਹ ਵਾਲੀਬਾਲ ਦਾ ਨੈਸ਼ਨਲ ਲੈਵਲ ਦਾ ਪਲੇਅਰ ਸੀ। ਦੇਖੋ ਮੈਂ ਗੱਲ ਕਰਨਾ ਵੀ ਅਸੀਂ ਧਾਰਨਾ ਅਸੀਂ ਓਪੀਨੀਅਨ ਬਣਾਈਏ ਪਬਲਿਕ ਦਾ, ਅਸੀਂ ਦੂਜੇ ਭਾਈਚਾਰੇ ਨੂੰ ਦੱਸੀਏ। ਉਹ ਨੈਸ਼ਨਲ ਲੈਵਲ ਦਾ ਵਾਲੀਬਾਲ ਦਾ ਪਲੇਅਰ ਸੀ, ਉਹਦੇ ਹਾਲਾਤ ਇਸ ਤਰ੍ਹਾਂ ਦੇ ਬਣਾ ਤੇ, ਮੌਕੇ ਦੀਆਂ ਸਰਕਾਰਾਂ ਨੇ ਉਹਨੂੰ ਮਜਬੂਰ ਹੋ ਕੇ ਸਟੈਪ ਚੱਕਣਾ ਪਿਆ। ਔਰ ਅੱਜ ਵੇਖੋ ਉਹਨੇ ਸਜ਼ਾ, ਕਈ ਕੇਸ ਵੀ ਖਤਮ ਹੋ ਗਏ, ਸਜ਼ਾ ਵੀ ਭੁਗਤ ਲਈ। ਜੇ ਪ੍ਰਗਿਆ ਠਾਕੁਰ ਬਾਹਰ ਰਿਲੀਜ਼ ਹੋ ਸਕਦੀ ਆ ਤੇ ਜਗਤਾਰ ਸਿੰਘ ਹਵਾਰਾ ਕਿਉਂ ਨਹੀਂ ਹੋ ਸਕਦਾ? ਇਹਦੇ ਬਾਰੇ ਸਾਨੂੰ ਕੰਪੇਨ ਚਲਾਉਣੀ ਚਾਹੀਦੀ ਆ।